राजे जोगी ओहो बड़ दए जिन्ना जपिया गोबिंद सिंह प्यारा राजे जोगी ओहो गोविंद सिंह प्यारा राजे जोगियों को बन गए जिन्ना जपिया गोविंद सिंह प्यारा राजे जोगियों को बन गए पूज अपार बेअंत स्वामी कौन जाने गुण तेरे गावते उदरे सुनते उदरे बिन से पाप कनेरे पशु परे मुक्त का उतारा पाहिन पारे उतारे नानक दास तेरी शरणाई सदा सदा बनिहारी। सो बहुत बड़े भाग ने संगत के जिन्हों सतगुरों के सोहने दरबार में हाजरी भरदा बहुत सोहना सुभाग समा मिलिया कर्मां दे नाल कर्मां नाल इस भागा समा मिलता जीव नूं हाजरी भरन दा दर्शन करन दा सेवा करन दा कर्मां दे नाल इह समा मिलता जिहड़े फिर लाहा खट लैंदे ने वचन मन लैंदे ने बड़े भागी साध संग प्राप्त तिन भेट तौर मत खोई जिहड़े फिर संगत दे विच आण के लाहा खट लैंदे ने उन्हां दी जिहड़ी भ्रष्ट बुद्धि है भ्रष्ट बुद्धि हो जांदी जीव दी क्योंकि युग कलयुग दा है कलयुग दा युग है
ਜੋਰ ਪਾਉਂਦਾ ਕਣ ਚ ਜੀਵ ਨੂੰ ਖਿੱਚਦਾ ਹੈ ਹਰ ਇੱਕ ਪਾਸੇ ਕੋਈ ਵੀ ਹੈ ਜੀਵ ਪਰ ਕਲਯੁਗ ਲੈ ਕੇ ਜਾਂਦਾ ਖਿੱਚ ਕੇ ਵੇਖੋ ਮਨ ਨੇ ਛੇਤੀ ਮੁੜਦਾ ਛੇਤੀ ਨੇ ਮਨ ਖੜਦਾ ਮੁੜਦਾ ਹੀ ਨਹੀਂ ਮਨ ਮੁੜਦਾ ਨਹੀਂ ਮਨ ਵੇਖੋ ਖਿੱਚਦਾ ਝੂਠ ਮਾੜਾ ਬੋਲਣਾ ਮਾੜਾ ਦੇਖਣਾ ਪਾਪ ਬਣਦੇ ਨੇ ਵੇਖੋ ਕਲਯੁਗ ਖਿੱਚਦਾ ਹੈ ਫਿਰ ਜਿਹੜੀ ਬੁੱਧੀ ਹੈ ਨਾ ਜੀਵ ਦੀ ਮਲੀਨ ਹੋ ਜਾਂਦੀ ਹੈ ਮਲੀਨ ਹੋ ਜਾਂਦੀ ਹੈ ਪਰ ਜਦੋਂ ਫਿਰ ਇਸੇ ਤਰ੍ਹਾਂ ਸੰਗਤ ਦੇ ਵਿੱਚ ਆਣ ਕੇ ਬੈਠਦਾ ਨਾ ਜੁੜਦਾ ਸਤਿਗੁਰਾਂ ਦੇ ਦਰਸ਼ਨ ਕਰਦਾ ਮਨ ਵਿੱਚ ਸ਼ਰਧਾ ਭਾਵਨਾ ਵੱਜਦੀ ਤੇ ਮਹਾਂਪੁਰਖਾਂ ਦੇ ਬਚਨ ਸੁਣਦਾ ਦੁਰਗਾ ਜੀ ਬਚਨ ਸੁਣਦਾ ਫਿਰ ਉਸਦੀ ਫਿਰ ਬੁੱਧੀ ਪ੍ਰਕਾਸ਼ ਹੋ ਜਾਂਦੀ ਹੈ ਉਸਨੂੰ ਗਿਆਨ ਮਿਲ ਜਾਂਦਾ ਫਿਰ ਗਿਆਨ ਹੋ ਜਾਂਦਾ ਮੇਰੇ ਸਰੀਰ ਕਿਸ ਕੰਮ ਮਿਲਿਆ ਸੀ ਮੈਂ ਇਸ ਨਾਲ ਕੀ ਕਰ ਰਿਹਾ ਹਾਂ ਸੰਗਤ ਕਰਨ ਦੇ ਨਾਲ ਹੀ ਉਸਨੂੰ ਗਿਆਨ ਮਿਲਦਾ ਵੇਖੋ ਸੰਗਤ ਦੇ ਨਾਲ ਰੰਗ ਚੜ੍ਹਦਾ ਜੀਵ ਰੰਗ ਚੜ੍ਹਦਾ ਹੈ ਗੁਰੂ ਜੀ ਬਚਨ ਕਰਦੇ ਨੇ ਬਟ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੌਰ ਮਤ ਖੋਏ ਤਿੰਨ ਕੇ ਧੂਰ ਨਾਨਕ ਦਾਸ ਬਾਛੇ ਕਿੰਨਾ ਦੀ ਧੂਰ ਜੀਵ ਦੇ ਜੀਵਨ ਦਾ ਪਲਟਾ ਲਿਆ ਦਿੰਦੀ ਹੈ ਕਿਹੜੀ ਧੂੜ ਹੈ ਉਹ ਗੁਰੂ ਜੀ ਅੱਗੇ ਬਚਨ ਕਰਦੇ ਨੇ ਕਿ ਉਹਨਾਂ ਦੀ ਧੂੜ ਜਿਨ ਹਰ ਨਾਮ ਜਿਹਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਪਰੋਇਆ ਗਿਆ ਹੈ ਜਿਹੜੇ ਨਾਮ ਤੋਂ ਬਗੈਰ ਸਾਹ ਨਹੀਂ ਲੈ ਸਕਦੇ ਨਾਮ ਦੇ ਨਾਲ ਸਾਹ ਚੱਲ ਰਿਹਾ ਹੈ ਨਾਮ ਦੇ ਨਾਲ ਜਿੰਨਾ ਸਾਸ ਗ੍ਰਾਸ ਨਾਲ ਦਿਸ ਰਿਹਾ ਸਤਿਗੁਰੂ ਜੀ ਬਚਨ ਕਰਦੇ ਸਾਹ ਆਇਆ ਤਾਂ ਵੀ ਵਾਹਿਗੁਰੂ ਸਾਹ ਨਿਕਲਿਆ ਸਾਸ ਗ੍ਰਾਸ ਹੈ ਤਾਂ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਵੇਖੋ ਉਹਨਾਂ ਦਾ ਬਚਨ ਕਰਿਆ ਸਤਿਗੁਰਾਂ ਨੇ ਜੇ ਤੂੰ ਉਹਨਾਂ ਦੀ ਧੂੜੀ ਨੂੰ ਚੱਕ ਕੇ ਮੱਥੇ ਦੇ ਨਾਲ ਲਾਵੇਂਗਾ ਨਾ ਤਾਂ ਫਿਰ ਤੈਨੂੰ ਸੁੱਖ ਮਿਲ ਜਾਵੇਗਾ ਸੁੱਖ ਪ੍ਰਾਪਤ ਹੋ ਜਾਵੇਗਾ ਵੇਖੋ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਨੇ ਤਾਰਿਆ ਇਸ ਤਰ੍ਹਾਂ ਤਾਰਿਆ ਕੋਈ ਹਿੰਦੂ ਵੀ ਆਇਆ ਨਾ ਹਿੰਦੂ ਤਾਂ ਵੀ ਗੁਰੂ ਜੀ ਨੇ ਉਸੇ ਧਰਮ ਦੇ ਵਿੱਚ ਹੀ ਉਸਨੂੰ ਸਮਝਾ ਦਿੱਤਾ ਸਤਿਗੁਰਾਂ ਨੇ ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਪਾਣੀ ਪਾ ਰਹੇ ਸਨ ਵੇਖੋ ਖੜ੍ਹੇ ਪੰਡਤ ਪਾਣੀ ਸੂਰਜ ਨੂੰ ਪਾਉਂਦੇ ਸਨ ਸੂਰਜ ਨੂੰ ਪਾਣੀ ਦੇ ਰਹੇ ਸਨ ਗੁਰੂ ਜੀ ਨੇ ਵੇਖਿਆ ਵੀ ਜੇ ਇਹਨਾਂ ਨੂੰ ਰੋਕਿਆ ਨਾ ਤਾਂ ਲੜਾਈ ਹੋ ਜਾਵੇਗੀ ਕੌਤਕ ਹੈ ਸਤਿਗੁਰਾਂ ਦੇ ਸਮਝਾਉਣਾ ਸਮੱਤ ਦੇ ਰਹੀ ਗੁਰੂ ਜੀ ਨੇ ਜੇ ਰੋਕਿਆ ਇਹਨਾਂ ਨੂੰ ਤਾਂ ਲੜਾਈ ਹੋ ਜਾਵੇਗੀ ਲੜਾਈ ਹੋ ਜਾਵੇਗੀ ਕੀ ਕਰੀਏ ਫਿਰ ਕੌਤਕ ਕੀਤਾ ਸਤਿਗੁਰਾਂ ਨੇ ਆਪ ਬੂਟਾ ਲੈ ਕੇ ਨਾ ਉਹ ਚੜ੍ਹਦੀ ਵਾਲੇ ਪਾਸੇ ਨੂੰ ਪਾਣੀ ਪਾਉਂਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਸ਼ਕਤੀ ਵਾਲੇ ਪਾਸੇ ਨੂੰ ਪਾਣੀ ਪਾਉਣ ਲੱਗ ਗਏ ਪਾਣੀ ਪਾਉਣ ਲੱਗ ਕੇ ਲੋਟਾ ਲੈ ਕੇ ਸਤਿਗੁਰੂ ਉਹ ਪੰਡਿਤ ਬ੍ਰਹਿਮਣ ਹੱਸਦੇ ਨੇ ਤੇ ਹੈਰਾਨ ਵੀ ਨੇ ਉਹ ਕਹਿਣ ਲੱਗੇ ਵੀ ਇਹ ਕੈਸਾ ਹੈ ਇਹਨੂੰ ਪਤਾ ਨਹੀਂ ਵੀ ਸੂਰਜ ਤਾਂ ਇੱਧਰ ਹੈ ਵੀ ਇੱਧਰ ਕਿੱਧਰ ਨੂੰ ਪਾਣੀ ਦੇ ਰਿਹਾ ਹੈ ਉਹਨਾਂ ਨੇ ਆਪਣੇ ਆਪ ਹੀ ਆਣ ਕੇ ਗੁਰੂ ਜੀ ਨੂੰ ਬਚਨ ਕਰਿਆ ਗੁਰੂ ਜੀ ਨੂੰ ਪੁੱਛਣ ਲੱਗੇ ਕਹਿਣ ਲੱਗੇ ਤੁਸੀਂ ਇੱਧਰ ਕਿੱਧਰ ਨੂੰ ਪਾਣੀ ਪਾਉਂਦੇ ਇੱਧਰ ਸ਼ੈਲੀ ਹੈ ਇੱਧਰ ਕਿੱਧਰ ਪਾਣੀ ਪਾਉਂਦੇ ਸਤਿਗੁਰੂ ਜੀ ਬਚਨ ਕਰਨ ਲੱਗੇ ਵੀ ਤੁਸੀਂ ਇੱਧਰ ਕਿੱਧਰ ਨੂੰ ਪਾਣੀ ਪਾਉਂਦੇ ਆ ਕਿੱਧਰ ਨੂੰ ਕਿਉਂ ਗੁਰੂ ਜੀ ਨੇ ਬਚਨ ਕਰਿਆ ਉਹ ਕਹਿਣ ਲੱਗੇ ਇੱਧਰ ਤਾਂ ਸੂਰਜ ਹੈ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ ਸੂਰਜ ਨੂੰ ਪਾਣੀ ਦਿੰਦੇ ਹਾਂ ਕਹਿਣ ਲੱਗੇ ਤੁਸੀਂ ਇੱਧਰ ਕਿੱਧਰ ਨੂੰ ਗੁਰੂ ਨਾਨਕ ਪਾਤਸ਼ਾਹ ਬਚਨ ਕਰਨ ਲੱਗੇ ਬਚਨ ਕੀਤੇ ਕਿ ਕਰਤਾਰਪੁਰ ਮੈਂ ਖੇਤ ਵਾਹ ਕੇ ਆਇਆ ਸੀ ਉੱਥੇ ਮੈਂ ਪਾਣੀ ਦੇ ਰਿਹਾ ਮੈਂ ਉੱਧਰ ਨੂੰ ਪਾਣੀ ਪਹੁੰਚਾ ਰਿਹਾ ਬੜੇ ਹਾਸੇ
वो कहने को तो बहुत दूर है अपा हरिद्वार हाँ इतों तो बहुत दूर है उथे किवें। गुरु नानक पातशाह मुस्करा के बचन करन लगे कह लगे जिवें तुहाडा पानी सूरज तक पहुंचता उवें मेरा पानी भी उथे चलिया जाता उथे चलिया जाता। जानी ऐसे सतगुरां ने समत दिती गुरु नानक पातशाह ने। गुरु नानक पातशाह ने देखो सतगुरु तार दे तार ने मुसलमान सन उन्होंने भी उन्होंने धर्म के विच समझाया। गुरु जी जदों मक्के गए ना गुरु नानक पातशाह जीवन हाजी देखो सतगुरु जदों जाके उत्थे बैठ गए ना ते मरदाने नूं बचन लग्या कि तू उधर दूसरे पासे जाके बैठ जा। वो कहन लग्या जी उथों तुरे आ ना ते भैन जी ने भैन नानकी जी ने सानू बचन करे सी दोनों कि तुसी नाल रहना भी मेरे वीर दी समाधि लग जाती है किन्ने किन्ने दिन समाधि नहीं खुलदी भी तुसी इन्हां दे कोले ही रहना कोले रहना। सतगुरु बचन करता कि भी उत्थां ठीक है पर असीं इत्थे अगर कौतक करन लगे हाँ जग शक्ति रखनी पावे। सतगुरां ने बचन करिया मरदाना कहन लगा जी फिर तां ठीक है असीं इधर बैठ जांदे हाँ। सतगुरु पै गए लंबे पै गए उत्ते जदों गुरु जी पए ते उधरों जीवन हाजी वो आया उन्हें आके देखिया कोई राजी पाने पिया है। वो कहन लग्या भाई इधर नू पहला कर इधर अल्लाह दा घर है खुदा दा घर है इधर को पैर ना कर। सतगुरां ने सुनिया ना गुरु नानक पातशाह सुनिया ना। फिर उसने दूसरी बार फिर कहा घूम के कहा दूसरे पास कहन लग्या भी इधर नू राही पांदी इधर नू पैर ना कर दूसरे पासे कर पैर उधरले पासे इधर अल्लाह दा घर है। गुरु नानक पातशाह बचन करन लगे भी ठीक है भी असीं तां बहुत थके भी हाँ दूरों आए हाँ उठना औखा है भी जिधर गुरु दा घर अल्लाह दा घर नहीं है उधर नू मेरे पैर कर दे भी खिंच के उधर नू पैर कर खिंच के कोई ना। उसने सतगुरां दीआं लत्तां पकड़ियां चरण पकड़े ते गुरु जी नूं इधर नूं घुमाया दूसरे पासे। देखो कैसा कौतक सतगुरां दा दूसरे पासे नूं घुमा दित्ता। जदों घुमाया ते जदों बाहर आया ना हाजी तां आण के की वेखदा है वी इधर वी इक घर है वी उह तां दूसरे पासे सी ते इधर को किवें होया बड़ा हैरान होया। उन्हें फिर सतगुरां दे चरण पकड़े ते फिर दूसरे पासे घमाए ते वेख्या बाहर आण के फिर बड़ा हैरान भी इधर भी आ गया घर ये किवें है। चौथे पासे घमा के फिर गुरु जी दे ही चरण पकड़ ले उसने चरण पकड़ ले कहन लग्या अल्लाह तुसीं पहला नहीं मैनूं दस्सिया कि मैं धरती ते आया वा हाँ। गुरु नानक पातशाह बैठ गए सतगुरु बैठ गए सतगुरु बचन कर लगे भी जे तेनों पहला दस दें तेनों पछाण नहीं सी आनी पछाण नहीं सी आनी। कह लगा जी मेरे ते हुण कृपा करो। सतगुरां ने फिर उसके धर्म के विच ही उसनों समत दी गुरु नानक पातशाह कि तुसी लौटदे बहुत हो बहुत काजी बामना की गल थकी कूड हुआ प्रधान वे लाला। सतगुरां ने बचन कर लिया भी तुसी सब माया दे पिछे पै गए थोड़ी माया दी दौड़ लगी भी है तुसी अल्लाह नूं कोई नहीं याद करते ना ही तुसी कोई अल्लाह दा नाम लैने हाँ कोई नहीं याद करते। सतगुरां ने जानी ऐसे बाण बाणी दे मारे उस टाइम फिर चरण पकड़े कहन लग्या जी हुण कृपा करो कृपा करो। सतगुरां ने बचन करे भी जे बचन मनेगा तां तेनूं थां मिल सकदी आ दरगाह विच थां मिल जावे
ਉਹਨੇ ਫਿਰ ਬੇਨਤੀ ਕਰੀ ਕਿ ਹੇ ਅੱਲਾ ਪਹਿਲਾਂ ਵੀ ਕਿਤੇ ਆਏ ਹੋ ਇੱਥੇ। ਗੁਰੂ ਜੀ ਮੁਸਕਰਾਉਂਦੇ ਬਚਨ ਕਰਨ ਲੱਗੇ ਕਿ ਆਉਂਦਾ ਤਾਂ ਉਹ ਆਏ ਜਿਹੜਾ ਜਾਣਦਾ ਹੈ, ਮੈਂ ਤਾਂ ਕਦੇ ਗਿਆ ਹੀ ਨਹੀਂ, ਗਿਆ ਨਹੀਂ ਮੈਂ ਤਾਂ, ਮੈਂ ਤਾਂ ਇੱਥੇ ਹੀ ਹਾਂ, ਇੱਥੇ ਹੀ ਹਾਂ। ਬੜਾ ਖੁਸ਼ ਹੋਇਆ, ਕਹਿਣ ਲੱਗਿਆ ਜੀ ਮੇਰੇ ਤੇ ਹੁਣ ਇੱਕ ਕਿਰਪਾ ਕਰ ਦਿਓ, ਕਿਰਪਾ ਕਰ ਦਿਓ ਵੀ ਜਦੋਂ ਗਾਂ ਨੂੰ ਹੁਣ ਆਵਾਂਗੇ ਅੱਗੇ, ਗਾਂ ਨੂੰ ਅੱਗੇ ਆਊਂਗਾ ਜਨਮ ਲੈ ਕੇ, ਤਾਂ ਮੈਂ ਪਹਿਲਾਂ ਆਉਣ ਸਾਰ ਤੁਹਾਡੀ ਪਛਾਣ ਕਰਾਂ, ਮੇਰੇ ਤੇ ਇੰਨੀ ਕਿਰਪਾ ਕਰ ਦਿਓ, ਬਸ ਕਿਰਪਾ ਕਰ ਦਿਓ। ਸਤਿਗੁਰੂ ਬਚਨ ਕਰਨ ਲੱਗੇ, ਫਿਰ ਉਸ ਟਾਈਮ ਗੁਰੂ ਜੀ ਨੇ ਵਰ ਵੀ ਦਿੱਤੇ, ਵਰ ਵੀ ਦਿੱਤੇ ਤੇ ਬਚਨ ਵੀ ਕਰੇ। ਅਸੀਂ ਜਦੋਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਨਾ, ਦਸਵੇਂ ਜਾਮੇ ਦੇ ਵਿੱਚ ਆਵਾਂਗੇ, ਉਸ ਟਾਈਮ ਸਭ ਤੋਂ ਪਹਿਲਾਂ ਤੈਨੂੰ ਹੀ ਅਸੀਂ ਦਰਸ਼ਨ ਦੇਵਾਂਗੇ। ਦਸਵੇਂ ਜਾਮੇ ਦੇ ਵਿੱਚ ਦੇਖੋ, ਉਸ ਟਾਈਮ ਤੈਨੂੰ ਹੀ ਪਹਿਲਾਂ ਦਰਸ਼ਨ ਦੇਵਾਂਗੇ, ਸਤਿਗੁਰਾਂ ਨੇ ਬਚਨ ਕਰਿਆ। ਉਹ ਕਹਿਣ ਲੱਗਾ ਜੀ ਉਦੋਂ ਤਿਕਰ ਤਾਂ ਮੈਂ ਮਰ ਜਾਵਾਂਗਾ, ਮਰ ਜਾਵਾਂਗਾ ਉਦੋਂ ਤਿਕਰ ਤਾਂ, ਇੰਨੀ ਉਮਰ ਕਿੱਥੇ ਲੱਗ ਗਈ, ਤੁਸੀਂ ਕਿਰਪਾ ਕਰੋ। ਸਤਿਗੁਰੂ ਬਚਨ ਕਰਨ ਲੱਗੇ ਵੀ ਤੇਰੇ ਹਜੇ ਦੋ ਜਨਮ ਹੋਰ ਆਉਣਗੇ, ਤੀਸਰਾ ਜਨਮ ਤੇਰਾ ਹੋਵੇਗਾ ਭੀਖਣ ਸ਼ਾਹ, ਉਸ ਟਾਈਮ ਅਸੀਂ ਜਦੋਂ ਅਵਤਾਰ ਧਾਰਾਂਗੇ ਤੇ ਸਭ ਤੋਂ ਪਹਿਲਾਂ ਤੈਨੂੰ ਹੀ ਦਰਸ਼ਨ ਦੇਵਾਂਗੇ। ਦੇਖੋ ਕੈਸਾ ਗੁਰੂ ਆਪਣਾ, ਕੈਸਾ ਗੁਰੂ ਆਪਣਾ, ਆਪਾਂ ਗੁਰੂ ਨੂੰ ਭੁੱਲੇ ਬੈਠੇ ਹਾਂ, ਆਪਾਂ ਦੇਖੋ ਭੁੱਲੇ ਬੈਠੇ ਹਾਂ। ਇਸ ਕਰਕੇ ਹੁਣ ਸਮਾਂ ਹੈ ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰਬਟ ਭਾਗੀ ਪਾਇਆ। ਗੁਰੂ ਜੀ ਬਚਨ ਕਰਦੇ, ਜਦੋਂ ਜੀਵ ਭੁੱਲ ਜਾਂਦਾ ਨਾ, ਭੁੱਲ ਜਾਂਦਾ ਸਹੀ ਰਸਤੇ ਤੋਂ, ਭੁੱਲ ਜਾਂਦਾ ਹੋਰ ਪਾਸੇ ਤੁਰ ਪੈਂਦਾ ਹੈ, ਤੁਰ ਪੈਂਦਾ ਮਾਇਆ ਵਿਕਾਰਾਂ ਵੱਲ, ਉਸ ਟਾਈਮ ਫਿਰ ਕੋਈ ਵੀ ਗੁਰੂ ਪੀਰ ਸਾਧੂ ਮਹਾਂਪੁਰਖ ਮਿਲਦੇ ਆ ਨਾ, ਉਹ ਸਮਰਥ ਦਿੰਦੇ ਨੇ, ਉਸਨੂੰ ਸੋਝੀ ਪਾਉਂਦੇ ਨੇ, ਜੀਵ ਨੂੰ ਫਿਰ ਗਿਆਨ ਆ ਜਾਂਦਾ ਹੈ। ਦੇਖੋ ਗਿਆਨ ਆ ਜਾਂਦਾ, ਸੰਗਤ ਦੇ ਨਾਲ ਹੀ ਜੀਵ ਨੂੰ ਰੰਗ ਚੜ੍ਹਦਾ, ਰੰਗ ਚੜ੍ਹਦਾ। ਇਸ ਕਰਕੇ ਦਰਬਾਰ ਬਹੁਤ ਵੱਡਾ ਹੈ, ਬਹੁਤ ਵੱਡਾ ਦਰਬਾਰ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸ਼ਿਰ ਸ਼ਾਹ ਪਾਤਸ਼ਾਹ ਨਿਹਚਰ ਚੌਰ ਸ਼ਾਹ। ਬਹੁਤ ਵੱਡਾ ਦਰਬਾਰ, ਕੋਈ ਵੀ ਮਨ ਵਿੱਚ ਫੁਰਨਾ ਹੁੰਦਾ ਜੀਵ ਦੇ ਨਹੀਂ ਪੂਰਾ ਹੁੰਦਾ, ਕੋਈ ਦਾਤ ਨਹੀਂ ਹੈ, ਕਰਮਾਂ ਦੇ ਵਿੱਚ ਨਹੀਂ ਹੈ ਦਾਤ, ਪਰ ਇਹ ਐਸਾ ਦਰਬਾਰ ਹੈ, ਤੂੰ ਸੇਵਾ ਸਿਮਰਨ ਸੰਗਤ ਕਰਦਾ, ਤੇਰੇ ਅਰਦਾਸ ਬੇਨਤੀ ਕਰਨ ਵਿੱਚ ਦੇਰ ਹੈ, ਤੇ ਗੁਰੂ ਦੇ ਦੇਣ ਵਿੱਚ ਕੋਈ ਵੀ ਦੇਰ ਨਹੀਂ ਹੈ, ਕੋਈ ਦੇਰ ਨਹੀਂ ਹੈ। ਗੁਰੂ ਲਿਖ ਦਿੰਦਾ ਕਰਮਾਂ ਦੇ ਵਿੱਚ, ਪਰ ਆਪਾਂ ਲਿਖਵਾਉਣ ਵਾਲੇ ਬਣੀਏ, ਆਪਾਂ ਲਿਖਵਾਉਣ ਵਾਲੇ, ਜਿਵੇਂ ਸਤਿਗੁਰ ਛੇਵੇਂ ਪਾਤਸ਼ਾਹ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ, ਮਾਤਾ ਸੀ, ਮਾਤਾ ਚੰਮੇ ਪਿੰਡ ਤੋਂ ਸੀ, ਮਾਤਾ ਦਸ ਗਿਆਰਾਂ ਸਾਲ ਹੋ ਗਏ ਸਨ, ਘਰ ਵਿੱਚ ਕੋਈ ਔਲਾਦ ਕੋਈ ਪੁੱਤਰ ਨਹੀਂ ਸੀ ਉਸਦੇ, ਵੇਖੋ ਕੋਈ ਪੁੱਤਰ ਔਲਾਦ ਹੋਈ ਨਹੀਂ ਮਾਤਾ ਦੀ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਈ ਮਾਤਾ, ਮਾਤਾ ਪੱਲਾ ਅੱਡਿਆ, ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੀ ਹੈ, ਮੇਰੀ ਮੀਰੀ ਦੇ ਮਾਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸਤਿਗੁਰੂ ਸੋ ਸੁਣ ਕੇ ਤੁਹਾਡੇ ਚਰਨਾਂ ਦੇ ਵਿੱਚ ਆਈ ਹਾਂ, ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਜ਼ਰੂਰ ਬਖਸ਼ ਦਿਓ, ਕਿਰਪਾ ਕਰੋ। ਸਤਿਗੁਰਾਂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਸਤਿਗੁਰੂ ਬਚਨ ਕਰਨ ਲੱਗੇ, ਮਾਤਾ ਅਸੀਂ ਵੇਖਿਆ ਹੈ ਤੇਰੇ ਕਰਮਾਂ 'ਚ ਅਕਾਲ ਪੁਰਖ ਨੇ ਕੋਈ ਪੁੱਤਰ ਨਹੀਂ ਲਿਖਿਆ, ਅਸੀਂ ਕੋਈ ਨਹੀਂ ਪੁੱਤਰ ਲਿਖਿਆ, ਜੇ ਲਿਖਿਆ ਹੁੰਦਾ ਮਾਤਾ ਤਾਂ ਅਸੀਂ ਤੈਨੂੰ ਕੋਈ ਨਾ ਕੋਈ ਬਚਨ ਕਰ ਦਿੰਦੇ, ਬਚਨ ਕਰ ਦਿੰਦੇ। ਮਾਤਾ ਡਰੀ, ਕਹਿਣ ਲੱਗੇ ਨਹੀਂ ਸਤਿਗੁਰੂ
मैं तो बहुत बड़ी आस लेके आई हाँ। जदों दरबार साहिब अमृतसर गई ना, दरबार के दर्शन करे ते मनो बड़ी शांति मिली, टिका मिलिया मन। उदों फिर मन विच फौरना बनिया भी ऐसा दरबार है जिन्हों वेखदिया शांति मिली है, मन शांति मिली है। किसी के मन शांति मिलती विरले नूं वेखो, वह भी जे पुन होण पुन्ना दा सदका ही जीव का मन करता भी बैठिए भी आनंद बड़ा आता है, टिका मिलता है। वेखो कोई विरले ही होंगे ने ऐसे। सतगुरु बड़ी शांति मिली उत्थे सिखां नूं पुछिया ते उन्होंने फिर दस्सिया भी जद इह सतगुरु चौथे पातशाह की कृपा है, पंजवें पातशाह की बख्शिश है। इस टाइम मेरी पीरी दे मालक छेवें पातशाह सतगुरु तार रहे ने दुनिया में, फलानी थां दीवान सजिया वा है सतगुरु ने उत्थे। जां माता कोई मन विच फौरना है तो उत्थे बेनती करदा सतगुरां दे चरणां च, सतगुरु मैं बहुत बड़ी आस लेके आई हाँ, खाली ना मोड़ो हुण कृपा करो, कृपा करो। सतगुरु ने फिर बचन करिया, माता असी पहला भी बचन करिया सी, असी हुण भी बचन करदे कि तेरे कर्मां च अकाल पुरख ने कोई पुत्र नहीं लिखिया। अकाल पुरख ने कर्मां च गल कर्मां दी आ गई, बिन कर्मां किश पाइए ना, कर्मा तो बगैर जीव नूं कुछ भी नहीं प्राप्त होंदा। वेखो कुछ नहीं प्राप्त होंदा कर्मा तो बगैर। कर्म हुण फिर किवें बणदे ने? कर्म बणदे ने जदों इसे तरह आण के सत संगत दे विच जुड़ के बैठांगे, बैठांगे। इह नहीं भी आ गए असीं बस इधर उधर तुरे फिरदे रहे, आए कोई नहीं कर्म बणदे। बैठना पैना है, कीर्तन हो रहा सरवण करांगे, कथा हुंदी विचारां हुंदियां ने, जदों बैठ के सरवण करांगे आपां अपने मन ते ढालांगे, अपने जीवन च जीवन ते ढाल लवांगे सतगुरां दे बचन। उदों फिर कर्म बनने जीव दे शुरू हो जांदे ने, कर्म बनदे ने उदों। वेखो सतगुरां ने बचन करे, माता पिछे हटी रोन लगी, रोन लगी भी मेरे इन्ने माड़े कर्म, इन्ने माड़े कर्म भी इस दर तो भी मैनू मेरी झोली नहीं भरी। बहुत दर वेखे सी, कोई छड़िया ही नहीं सी, बथेरे नक रगड़े सी, बहुत जगह ते गई, पर मेरे इत्थे बहुत वड्डी आस सी, मेरे मन दे विच बहुत वड्डी आस, पर हुण इत्थों भी आस टुट गई। रोण लगी माता, रोंदी रोंदी माता वापस होई घर नूं जाण लगी। माता रोंदी रोंदी जदों घर नूं जाण लगी ना, पहरे ते खड़े सन भाई गुरदास जी, नाम जपण वाले महापुरख भाई गुरदास, शब्द अभ्यासी परोपकारी। उन्हां ने जदों वेख्या ना माता नूं रोंदी नूं वापस जांदी ना, बड़े हैरान होए। माता को गए, कहने लगे माता मैं हैरान हाँ तेरे ते। भाई गुरदास जी कहते माता मैं तेरे ते बड़ा हैरान हाँ, इधरों घरों आते रोंद बहुत मैं देखे, दुखी तकलीफ बीमारियां रोंद आते माता मैं बहुत देखे इतने, पर इतों जो सतगुरु छेवें पातशाह के दर्शन करते हैं ना, वचन बिलास हो जाते ने। माता मैं इतों खुशियां लेके ही जाते, मैं वेखे खुश होंदे जाते, मैं वेखे कोई रोंदा नहीं गया अज तक माता। पर एक पहली ऐसी तू माता है जिहड़ी तू रो रही है, माता की दुख है, माता की तकलीफ है, की तकलीफ है माता। माता रोंदी रोंदी कह लगी सिखा मैनू गुरु ने जवाब दे दिता, जवाब दिता। माता आस मन दे विच सब टुटी पई सी, सीधा ही कहन लगी सिखा मैनू गुरु ने जवाब दे दिता,
भाई गुरदास कह लगे ओ माता, गुरु तां सम्राट है, गुरु तां सब कुछ सब नूं दे रहा है, गुरु गुरु सब नूं सब दियां झोलियां भरन वाला, दिंदा दे लैंदे थक पाए, जुगा जुगंतर खांजी पाए। माता ओ तां जुगा जुगा तों आपां नूं सब दातां दे रहा है, माता ओदे कोले कोई घाटा नहीं है, ना ही किसे नाल ओदा कोई वैर है, माता ओ तां सब नूं रिजक दे रहा, कोई भी आ जावे उसदे कोले। माता तू की बेनती करी सी, रोंदी रोंदी माता कह लगी, सिखा मैं तां बेनती करी सी भी घर विच कोई औलाद नहीं है, औलाद नहीं है कोई। 10-11 साल हो गए सन ब्याह होए, ब्याह होए कोई औलाद नहीं होई। फिर माता गुरु जी ने की बचन करिया, रोंदी रोंदी कह लगी, सिखा गुरु ने मैनू ना कर दिती, गुरु ने मैनू जवाब दिते था नहीं। माता गुरु ने की बचन करिया, फिर कह लगी, सिखा मैनू गुरु ने कह दिता कि अकाल पुरख ने तेरे कर्मां च कोई पुत्र नहीं लिखिया, जे लिखिया हुंदा माता असीं तैनूं बचन कर दिंदे। अच्छा माता सतगुरु ने यह बचन करिया, कह लगी हां सिखा। भाई गुरदास कह लगे, माता जदों गुरु जी ने यह बचन करिया सी ना कि अकाल पुरख ने तेरे कर्मां च, हुण वेखो जिहड़े नाम जपदे आ ना उह अकाल पुरख परमेश्वर दी रमज नूं समझ जांदे ने, रब दी रमज नूं समझ जांदे ने। भाई गुरदास हुण दसदे ने, राह दिंदे ने, कहिण लगे माता जदों गुरु जी ने तैनूं बचन करिया सी ना अकाल पुरख ने तेरे कर्मां च नहीं लिखिया, माता तू उदों ही कह देना सी सतगुर सच्चे पातशाह अकाल पुरख कोई होर है, उत्थे भी तू ही अकाल पुरख है, मेरे सामने भी तू ही अकाल पुरख है, अकाल पुरख है। जे पापण दे मूरे ऐसा कोई पाप आ गया सी लिखवाउण च देरी हो गई सी, सतगुर मेरे कर्मां विच तुसी इत्थे हुण लिख दिओ, हुण लिख दिओ। भाई गुरदास ने जदों इह बचन सुनाए ना कहे, ते माता रोंदी रोंदी चुप कर गई, चुप कर गई रोंदी रोंदी माता, मत्थे ते हाथ मारे, कहन लगी सिखा मैनू आ तां गल आउणी नहीं, आ गल नहीं मैनू आउणी। भाई गुरदास कहन लगे, माता तेनू बेनती नहीं करनी आई, गुरु ने तेरे ते परचा पा दिता, परचा पाया वा। कहन लगी सिखा फिर हुण जावां मैं, हुण फिर मैं बेनती करना। भाई गुरदास जी कहन लगे, नहीं माता हुण नहीं, हुण समा नहीं है, हुण समा लंघ गया, वेखो रास्ता दिता, रास्ता दिता। भाई गुरदास नाम जपण वाले महापुरख आउंदे ने संसार ते, जीव नूं रास्ते दिंदे ने, राह दिंदे ने, समझाउंदे ने। हुण इत्थे सतसंग दीवान साजदे ने, होर पिंडां शहरां च साजदे ने, वेखो बहुत जगह ते जदों आउंदे ने बाबा जी दे बचन सुणदे ने तां जीव नूं पछाण आ जांदी है। वेखो हुण किन्ना समा हो गया, इत्थे 30-35 साल हो गए करीबन इस स्थान नूं बणे नूं, ते अमृत भी बहुत जाणियां ने छक लिया। वेखो कई ऐसे होए ने जिन्हां नूं अमृत बारे पता ही नहीं सी, वेखो कोई गुरु दा कोई ज्ञान नहीं सी उहनां नूं, पता ही नहीं सी उहनां नूं गुरु की करदा है, पता ही नहीं सी कईआं नूं। वेखो पर जदों जुड़े इत्थे संगत करन लगे, बचन सुने ते मन दे फिर पलटे आ गए, ਉਹ ਹੁਣ ਪਛਤਾਵ ਕਰਦੇ ਨੇ ਵੀ ਯਾਰ ਪਹਿਲਾਂ ਵਾਲਾ ਟਾਈਮ ਸਮਾਂ ਕੈਸਾ ਸੀ, ਭੁਲੇਖਾ ਭੁਲੇਖੇ 'ਚ ਰਹੇ ਨੇ। ਵੇਖੋ ਅਤੇ ਹੁਣ ਉਹ ਗੁਰਮੁਖ ਪਿਆਰੇ ਵੱਧ ਕੇ ਸੇਵਾ ਕਰਦੇ ਨੇ, ਉਹ ਵੇਖੋ ਸੇਵਾ ਭਾਵ ਜਿਹੜੀ ਸੰਗਤ ਦੇ ਨਾਲ, ਸੰਗਤ ਦੇ ਨਾਲ ਰੰਗ ਚੜ੍ਹਦਾ। ਵੇਖੋ ਮਹਾਂਪੁਰਖ ਆਉਂਦੇ ਨੇ, ਜੀਵ ਨੂੰ ਸਮਤ ਦਿੰਦੇ ਨੇ, ਸੋਝੀ ਦਿੰਦੇ ਨੇ ਜੀਵ ਨੂੰ। ਵੇਖੋ ਮਹਾਂਪੁਰਖ ਵੀ ਪਰ ਐਸਾ ਹੋਵੇ, ਐਸਾ ਹੋਵੇ ਕਿ ਜੀਵ ਦੇ ਜੀਵਨ ਦਾ ਪਲਟਾ ਲਿਆ ਦੇਵੇ,
ਜੇ ਨਾ ਹੋਵੇ ਵੀ ਚੱਲ ਕੋਈ ਨਾ ਤੈਨੂੰ ਮਾਇਆ ਉੱਥੋਂ ਦਵਾ ਦਾਂਗੇ, ਸਾਡੀ ਉੱਥੇ ਨਾਲ ਗੱਲਬਾਤ ਹੈ, ਤੇਰੇ ਪੁੱਤਰ ਨੂੰ ਨੌਕਰੀ ਦਵਾ ਦਾਂਗੇ, ਕੋਈ ਨਾ ਸਾਡੀ ਉੱਥੇ ਜ਼ਮੀਨ ਪਈ ਹੈ ਪੈੜੀ, ਤੂੰ ਵਾੜਿਆ ਕਰੀ ਕੋਈ ਗੱਲ ਨਹੀਂ। ਇਹ ਤਾਂ ਸਿਰਫ ਦੁਨਿਆਵੀ ਗੱਲਾਂ ਨੇ, ਦੁਨੀਆਦਾਰ ਦੁਨਿਆਵੀ ਇਹ ਤਾਂ ਆਮ ਵੀ ਲੋਕ ਕਰ ਸਕਦੇ ਨੇ, ਮਾਇਆ ਦੇ ਦਿੰਦੇ ਨੇ ਕੋਈ ਨਾ ਕੋਈ, ਪਰ ਨਾਮ ਜਪਣ ਵਾਲਾ ਮਹਾਂਪੁਰਖ ਹੋਵੇ ਨਾ ਉਹ ਜੀਵ ਦੇ ਜੀਵਨ ਦਾ ਪਲਟਾ ਲਿਆ ਦਿੰਦਾ। ਇਹ ਔਖੀ ਘਾਟੀ ਹੈ, ਬਹੁਤ ਔਖਾ ਹੈ ਜੀਵ ਦੇ ਜੀਵਨ ਦਾ ਪਲਟਾ ਲਿਆਉਣਾ, ਮਨ ਮੋੜ ਦੇਣਾ, ਇਧਰੋਂ ਵੀ ਮਨ ਮੋੜਦਾ ਉਧਰੋਂ ਵੀ ਮੋੜਦਾ, ਇਹ ਮਹਾਂਪੁਰਖਾਂ ਦੇ ਹੱਥ ਵਿੱਚ ਹੁੰਦਾ। ਸੰਤਨ ਹੱਥ ਰਾਖੀ ਪੂੰਜੀ ਮਹਾਂਪੁਰਖਾਂ ਦੇ ਹੱਥ ਵਿੱਚ ਹੁੰਦਾ। ਮਹਾਂਪੁਰਖਾਂ ਦੇ ਨਾਲ ਸਿਰਫ ਨਾਮ ਦਾ ਸੰਬੰਧ ਹੋਣਾ ਚਾਹੀਦਾ, ਨਾਮ ਦਾ ਸੰਬੰਧ, ਕੋਈ ਮਾਇਆ ਦਾ ਦੇਣ ਲੈਣ ਦਾ ਨਾ ਹੋਵੇ ਮਹਾਂਪੁਰਖਾਂ ਦੇ ਨਾਲ। ਵੇਖੋ, ਕਿਉਂਕਿ ਮਹਾਂਪੁਰਖ ਤਾਂ ਦਿੰਦੇ ਹੀ ਬਹੁਤ ਕੁਝ ਨੇ। ਵੇਖੋ ਕੋਈ ਮਹਾਂਪੁਰਖ ਸਨ, ਨਾਮ ਜਪਣ ਵਾਲੇ ਸ਼ਬਦ ਅਭਿਆਸ। ਸਤਸੰਗ ਜਦੋਂ ਸਮਾਪਤੀ ਹੋਈ ਨਾ, ਸਮਾਪਤੀ ਹੋਈ, ਮਾਤਾ ਨਾਲ ਉਸਦੇ ਬੱਚਾ ਹੈ 14-15 ਸਾਲ ਦਾ, ਮਾਤਾ ਬੜੀ ਛੇਤੀ ਨਾਲ ਆਈ ਮਹਾਂਪੁਰਖਾਂ ਦੇ ਕੋਲੇ, ਬੈਠੇ ਸਨ ਭਗਤ ਆਉਂਦੇ ਸਨ ਸੰਗਤ। ਮਾਤਾ ਨੇ ਆਣ ਕੇ ਕਿਹਾ, ਮਹਾਂਪੁਰਖੋ ਕਰਜ਼ਾ ਬਹੁਤ ਹੈ ਸਿਰ ਤੇ, ਗਰੀਬੀ ਵੀ ਬਹੁਤ ਹੈ ਘਰ ਵਿੱਚ, ਗਰੀਬੀ ਹੈ ਕਰਜ਼ਾ ਬਹੁਤ ਹੈ ਸਿਰ ਤੇ, ਥੋੜਾ ਸਮਾਂ ਹੋ ਗਿਆ, ਮਹੀਨਾ ਡੇਢ ਕੁ ਮਹੀਨਾ, ਇਹਦਾ ਪਿਓ ਵੀ ਚੜ੍ਹਾਈ ਕਰ ਗਿਆ, ਇਕੱਲਾ ਰਹਿ ਗਿਆ, ਛੋਟਾ ਹੈ, ਤੁਸੀਂ ਕਿਰਪਾ ਕਰੋ, ਤੁਹਾਡੇ ਪੁਰਾਣੇ ਸੰਗੀ ਹਾਂ ਅਸੀਂ, ਕੋਈ ਮਾਇਆ ਐਸੀ ਮਿਲ ਜਾਵੇ, ਕੋਈ ਮਾਇਆ ਦਿਓ ਐਸੀ, ਗਰੀਬੀ ਨਿਕਲ ਜਾਵੇ, ਗਰੀਬੀ ਨਿਕਲ ਜਾਵੇ, ਕਰਜ਼ਾ ਹੈ ਲਹਿ ਜਾਵੇ ਕਰਜ਼ਾ। ਮਹਾਂਪੁਰਖ ਸਮਝ ਗਏ ਵੀ ਮਾਤਾ ਮਾਇਆ ਮੰਗਦੀ ਹੈ, ਪਤਾ ਸੀ ਮਹਾਂਪੁਰਖਾਂ ਨੂੰ। ਮਹਾਂਪੁਰਖ ਕਹਿਣ ਲੱਗੇ, ਕੋਈ ਨਾ ਮਾਤਾ ਤੂੰ ਕਰਮ ਬਣਾ, ਕਰਮ ਬਣਾਇਆ ਸਭ ਚੀਜ਼ਾਂ ਮਿਲ ਜਾਂਦੀਆਂ ਨੇ, ਤੂੰ ਇੱਥੇ ਸੇਵਾ ਕਰ, ਕੋਈ ਨਾ ਸੰਗਤ ਕਰ, ਤੂੰ ਸਿਮਰਨ ਕਰਿਆ ਕਰ ਮਾਤਾ, ਇਹ ਬੱਚੇ ਨੂੰ ਵੀ ਗੁਰਸਿੱਖੀ ਜੀਵਨ ਦੇ, ਇਹ ਬੱਚੇ ਨੂੰ ਵੀ ਨਾਮ ਜਪਾਇਆ ਕਰ ਕੋਈ ਨਾ। ਮਹਾਂਪੁਰਖਾਂ ਨੇ ਬਚਨ ਕਰੇ, ਨਾਮ ਜਪਣ ਵਾਲੇ ਬਚਨ ਕਰਦੇ ਨੇ ਕਿ ਵੀ ਅੱਗੇ ਸਮੇਂ ਟਾਈਮ ਦੇ ਵਿੱਚ ਵੀ ਹੁਣ ਮਾਇਆ ਦਿੱਤੀ ਵੀ ਇਹ ਤਾਂ ਖਰਚੀ ਜਾਣੀ ਹੈ, ਵੀ ਲੰਮਾ ਟਾਈਮ ਸਮਾਂ ਜਿੰਨੀ ਉਮਰ ਹੈ ਵੀ ਉਹ ਨਾਮ ਜਪਣ ਦੇ ਨਾਲ ਬਤੀਤ ਹੋਵੇ। ਮਹਾਂਪੁਰਖ ਬਹੁਤ ਅਗਲੇ ਸਮੇਂ ਦਾ ਸੋਚਦੇ ਨੇ ਮਹਾਂਪੁਰਖ, ਪਰ ਆਪਣੀ ਜਿਹੜੀ ਸੋਚ ਹੁੰਦੀ ਆ ਨਾ ਬਹੁਤ ਥੋੜੀ ਸੋਚ ਹੁੰਦੀ ਆ ਆਪਣੀ। ਆਪਾਂ ਸੋਚਦੇ ਹਾਂ ਵੀ ਬਸ ਦਿਨ ਚੜਿਆ ਵੀ ਐਂ ਕਰਨਾ ਹੈ, ਉਧਰ ਵੀ ਜਾਊਂਗਾ ਮੈਂ, ਆ ਮੈਂ ਫਿਰ ਕੰਮ ਕਰਨਾ ਹੈ, ਕੰਮ ਕਰਨਾ ਹੈ, ਪਰ ਉਹ ਨੋਟ ਕਰ ਲਓ ਕਦੇ ਵਾਸਤੇ ਵੀ ਕੁਝ ਨਹੀਂ ਹੁੰਦਾ, ਜਿਹੜੀ ਆਪਣੀ ਸੋਚ ਹੈ ਉੱਥੇ ਰਹਿ ਜਾਂਦੀ ਹੈ ਉਹ, ਪਰ ਜੋ ਲਿਖਤ ਹੈ ਨਾ ਗੁਰੂ ਦੀ ਉਹੀ ਚੱਲਦੀ ਹੈ, ਉਹੀ ਹੋਣਾ ਜੋ ਹੋਣਾ ਗੁਰੂ ਦੇ ਹੁਕਮ ਦੇ ਅਨੁਸਾਰ। ਵੇਖੋ ਮਹਾਂਪੁਰਖ ਨੂੰ ਪਤਾ ਸੀ, ਮਹਾਂਪੁਰਖਾਂ ਨੇ ਬਚਨ ਕਰੇ ਕੋਈ ਨਾ ਤੂੰ ਨਾਮ ਜਪ, ਨਾਮ ਜਪਿਆ ਕਰੋ ਸਭ ਕੁਛ ਮਿਲ ਜਾਵੇਗਾ, ਬਚਨ ਕਰ ਦਿੱਤੇ ਮਹਾਂਪੁਰਖਾਂ ਨੇ। ਪਰ ਬਚਨ ਪਾਉਣਾ ਨਾ ਬਹੁਤ ਔਖਾ ਹੈ, ਔਖਾ ਹੈ। ਮਾਇਆ ਮੱਥਾ ਟਿਕਦੀ ਸੀ, ਮਾਤਾ ਨੇ ਫਿਰ ਦੁਬਾਰਾ ਬੇਨਤੀ ਕਰਤੀ ਕਿ ਅਸੀਂ ਤਾਂ ਤੁਹਾਡੇ ਬਹੁਤ ਪੁਰਾਣੇ ਸੰਗੀ ਹਾਂ, ਸੰਗੀ ਹਾਂ, ਸਾਡੇ ਤੇ ਕਿਰਪਾ ਕਰੋ, ਤੁਸੀਂ ਕੋਈ ਐਸੀ ਮਾਇਆ ਦਿਓ ਸਾਨੂੰ, ਮਾਇਆ ਦਿਓ। ਮਹਾਂਪੁਰਖਾਂ ਕੋਲ ਸੇਵਕ ਬੈਠਾ ਸੀ, ਸੇਵਾਦਾਰ, ਮਹਾਂਪੁਰਖਾਂ ਨੇ ਇਸ਼ਾਰਾ ਕਰਿਆ ਵੀ ਆਹ 50 ਰੁਪਏ ਉਹ ਬੱਚੇ ਨੂੰ ਦੇ ਦੇ, ਬੱਚੇ ਨੂੰ ਦੇ ਦੇ। ਮਹਾਂਪੁਰਖਾਂ ਨੇ ਬਚਨ ਕਰਿਆ, ਜਦੋਂ ਬੱਚੇ ਨੂੰ ਫੜਾਏ ਨਾ, ਮਾਤਾ ਨੇ ਵੇਖੇ ਵੀ ਤਾਂ 50 ਰੁਪਏ ਨੇ ਕਰਜ਼ਾ, 50 ਰੁਪਏ ਨਾਲ ਕਿੱਧਰੋਂ ਉੱਤਰ ਜਾਵੇਗਾ। ਮਾਤਾ ਨੇ ਫੜੇ ਝੱਟ ਪੱਟ 50 ਰੁਪਏ ਤੇ ਮਹਾਂਪੁਰਖਾਂ ਦੇ ਕੋਲੇ ਅੱਗੇ ਰੱਖ ਦਿੱਤੇ, ਕਹਿਣ ਲੱਗੇ ਜੀ 50 ਰੁਪਏ ਨਾਲ ਨੀ ਕੁਛ ਬਣਨਾ, ਕਰਜ਼ਾ ਤੇ ਗਰੀਬੀ ਬਹੁਤ ਹੈ। ਜਾਣੀ ਬਚਨ ਹੈ ਕਿ ਮਹਾਂਪੁਰਖਾਂ ਦੇ ਨਾਲ ਜਿਹੜਾ ਸੰਬੰਧ ਹੈ ਨਾਮ ਜਪਣ ਦੇ ਨਾਲ, ਨਾਮ ਜਪਣ ਵਾਲਾ ਹੋਵੇ। ਸਮਾਂ ਹੋਇਆ, ਮਹਾਂਪੁਰਖ ਕਹਿਣ ਲੱਗੇ ਵੀ ਚਲੋ ਠੀਕ ਹੈ, ਤੁਸੀਂ ਸੇਵਾ ਕਰੋ, ਮਾਤਾ ਨੂੰ ਕਿਹਾ ਸੇਵਾ ਕਰੋ, ਕੋਈ ਨਾ ਉਹ ਸੇਵਾ ਕਰਨ ਲੱਗ ਗਏ। ਮਾਤਾ ਮਹਾਂਪੁਰਖਾਂ ਨੇ ਸੇਵਾਦਾਰ ਨੂੰ ਕਿਹਾ ਵੀ ਬੱਚੇ ਨੂੰ ਬੁਲਾ ਕੇ ਲਿਆ,
उसनू बुलाया, उसनू 50 रुपए दे दिते, जेब च पा दिते। सेवादार ने महापुरखा ने कहा भी तू किसी नू दसी भी ना ते खर्ची भी ना, घरे जाके इसनू संभाल के रख दे, किसी नू भी ना दसी। तू महापुरख ने समाधि दिती। बच्चे चलो समा होया, बच्चा भी वो माता भी जरूर जा रहे सन, घर को तुर के जाते सन, ते माता दे दिमाग दे विच गल आई कि महापुरख ने मेरे पुत्र नू बुलाया सी। भी क्यों बुलाया सी? तुरे जाते माता ने पूछा, कहने की पुत भी महापुरख ने तेनू बुलाया सी, क्यों बुलाया, क्यों बुलाया सी? कहन लगे नहीं मैं नहीं दसना, मैनू महापुरख ने बचन करे सी। माता कहन लगी नहीं तू मेरा पोता, मैं तेनू नवाउनी धवाउनी आ, मैं तेरे वधिया सोहणे कपड़े पाउणे, मैं खवाउनी तेनू, मैनू दस। फिर हौली किते ने कहा, कहन लगे जी मैनू आ 50 रुपए महापुरखां ने दित्ते सी मैनू। माता उत्थे ही रुक गई, उसे टाइम ही उत्थे ही मुड़ माता हुणे पै गई, कहिंदी लिया मैनू फड़ा चल मेरे नाल। बड़ी छेती नाल डेरे दे विच आण के महापुरखां कोले फिर 50 रुपए रख दित्ते। कहन लगी असीं इह 50 रुपए की करने आ, असीं की करने 50 रुपए, करजा बहुत है, देनी तां कोई था माया दिओ सानूं। महापुरख कहन लगे माता इह 50 रुपए नहीं सी, असीं दिंदे तां तुहानूं बहुत कुछ सी, पर तेरे कर्मां च नहीं सी। बस इन्ना कह के माता बड़ी गुस्से दे नाल चली गई। बड़ी औखी हो के गुस्से नाल देखो, कई गुस्सा भी कर जांदे, गुस्सा पछाण है नहीं पछाण आउंदी, देखो बड़े गुस्से दे नाल माता जदों चली गई ना, जा रही सी तर के माता, उधरों गड्डी आई बड़ी स्पीड दे नाल आण के बच्चे दे विच बज्जी, ते एक्सीडेंट होया ते बच्चा थां ते मर गया, उत्थे ही मर गया बच्चा। माता रोई पिटी, भजी फिर डेरे नू आई, फिर महापुरखा कोले रोन लगी, उची उची रोई भुब्बा मार रोन लगी। कहन लगी अके तां पहला एक बैपता पई सी, मेरा पति है नहीं सी, आ एक होर बैपता पै गई, मैं तां तुहाडे कोल बेनतियां करदी सी, बैपता पै गई आ तुहाडे कोल, मैं तां सुख मंगदी सी, सुख मंगदी सी। महापुरख कहन लगे माता असीं 50 रुपए क्यों दिंदे सी? क्योंकि सानू पता सी कि तेरे पुत्र दी उम्र सिर्फ अद्धे घंटे दी उम्र सी, अद्धे घंटे दी उम्र सी, सानू पता सी 50 रुपए माता इस करके दिंदे सी कि तेरे पुत्र दी असीं 50 साल दी उम्र बधा दित्ती सी माता, पर तेरे कर्मां च है नहीं सी ये दात, तेरे कर्मां च है नहीं सी, तू लिया के फिर इतने वापस बड़े गुस्से दे नाल रख दिते, बड़े गुस्से दे नाल तू इत्थों चली गई, माता तेरे कर्मां च ही नहीं सी। देखो महापुरख दिंदे ने सब कुछ, दिंदे दिंदे ने सब, सब दाता बनते ने महापुरख, किसी नाल कोई वैर नहीं हुंदा महापुरखां दा। नोट कर लियो, जिहड़े नाम जपण वाले शब्द अभ्यासी हुंदे आ ना, किसी नाल कोई वैर नहीं हुंदा महापुरखां दा, देखो निर्वैर हुंदे ने महापुरख, कोई भी शरदा भावना नाल आउंदा है ते महापुरख तारदे ने उसनूं। देखो क्यों ड्यूटी है उहनां दी तारन तारन दी, देखो हुण भी बहुत आउंदे ने भगत दे ने बाबा जी कोले, बहुत दूरों दूरों आउंदे ने, बहुत जी कृपा करो जी बाबा जी, फिर पुछदे ने पढ़िया, हांजी पाठ कर लैना, हांजी आ लै भी सुखमनी साहिब दा गुण का नाम जपिया कर, इहदे नाल तैनूं सुख मिल जाणगे, वे पंज बाणियां दा पाठ करिया कर, आ लै माला। बाबा जी हुण भी कृपा हुंदी, वेखो वरतदी है हुण वी। सो इस करके महापुरख आउंदे ने दुनिया नूं तारन वास्ते आउंदे ने, महापुरख तारन वास्ते आउंदे ने, समझाउणा है महापुरखां ने, प्रेम दे नाल समझा दे, चाहे ताड़ नाल ही करदे ने महापुरख, महापुरख पर आपां अपने नाल प्रेम रखो। वेखो कोई गुस्सा गिला नहीं होना चाहीदा, ते ना ही कोई माया दा संबंध होना चाहीदा, कोई भी नहीं। वेखो संगत भुगतांदे सी बाबा जी पिछे नगर कीर्तन तों, यानी तीरां कत्ते दे दीवान चलदे सन, ते दास वी कोले होर पहिंगम सिंह सब खड़े सन, ते उत्थे
उम्र सी काफी उस बजुर्ग की, करीबन 60 के उपर उम्र होगी। उसके को सोटी फड़ी हुई सी, लत दर्द करती सी उसकी। तो जो आया ना बाबा जी के को, बाबा जी ने वेख्या दृष्टि पाई, कहन लग्या जी कृपा करो लत दर्द कर दी है। बाबा जी वचन कर लगे भी हुण वेख अगे नाल, कहन लग्या जी अगे नाल फर्क है कुछ, फर्क है हुण। बाबा जी ने वचन करे भी ठीक है, भी तू हुण आया तो है, इत्थे शाम नूं दीवान है, तू हुण इत्थे रह ते सेवा करके फिर शाम दे दीवान तो बाद चो कोई आया पिंडों फिर जाना है, तू इत्थे रहना हुण सेवा करके फिर जाना। बाबा जी ने वचन कर दिते, पर उन्हें अणसुणिया जिहा कर दिता, उन्हें अणसुणिया जिहा वो प्रशादा छकिया लंगर दे विचों गेड़े गुड़े कढ़े ते चलो जी चली गए आप, चलिया गया पहला। फिर हफ्ते बाद फिर दर्द होया, फिर आया, फिर आया भुगत्या। कहन लगा जी ठीक है। बाबा जी ने फिर बचन कहे भी कोई ना भी तू सेवा करके जाई, इतने बचन करे। कहन लगा हाँ जी साता जी कहूंगा सेवा जी, मैं करना ही है सेवा। हाँ जी चलिया गया लंगर छक गया, लंगर च फिर गया घर। हुण बाबा जी सब कुछ जानते हैं, पता है बाबा जी, पर हुण असीं उत्थे सब बैठे हाँ, उत्थे जो बचन हुंदा सी तां उन्हां की कुछ वेखण वाले हुंदे आ। समा होया वो फिर जदों हफ्ते के बाद फिर आया ना, तो उन्हें हजे अंदर ही बड़िया लैके डांग। जो अंदर आया ना तो बाबा जी ने दूरों वेख के बड़ी ताड़ना करी, फड़ो इन कटो बार इन। बाबा जी ने ताड़ना करी, असी सारे बैठे एकदम डर जे गए कि वचन बाबा जी भी इन्ना ताड़ना करी, इधरले पासे करो इन, उधर भेजो इन, आखे नहीं लगता है। बाबा ने ताड़ना करी इसे तरह, असी सारे डर गए। उदो बैठे बैठे मन च फरना बनया दास दे भी बेचारा आया सीगा ते बाबा जी ने इसे तरह ताड़ना करी है, भी वह चलिया गया, वो भी औखा सी तकलीफ सी भी आए, जानी मन च फुरने बन ही जाते ने फुरने बन के। वो फिर तो उतों सेवा करके हूँ वो करके तो फिर वो चलिया गया ना। थोड़े दिन बाद फिर वो फिर आया, उदो कोई सोटी नहीं कुछ नहीं सी, बाबा जी वेख के मुस्कराए, बाबा जी हस गए। बाबा जी कहन लगे हाँ किवें हुण तेरी लत दा? कहन लगा जी हुण तां वधिया मैं बैठा, बहुत ठीक हाँ, मैं ठीक हाँ, हुण नहीं लत मेरी कंबी, हुण नहीं कुछ नहीं दर्द नहीं होया। बाबा जी ने फिर उदों फिर वचन करे, बाबा जी वचन करन लगे भी तेरे कोई ऐसे पाप सन, पाप सी तेरे कोई पिछले जन्म दा ना ऐसा कोई पाप सी, असीं बहुत वारी वेख्या पर वो पाप तेरे फिर अगे आउंदा सी। बाबा जी वचन करन लगे तेनू ताड़ना ही तां करी सी, ताड़ना तेनू करनी पई तेने, जे तू ना हुण आउंदा ना, ना तू आउंदा ते तेरी जिंदगी गुस्सा कदे कट जांदा ना, ते जिंदगी भर दी तेरी बीमारी रह जांदी सी। हो सकदा तेनू आउंदे जाणो नूं वी इह तेरी लत इसे तरह ही होंदी, पर तू सह गया है। बाबा जी ने वचन करे उस टाइम, तो हुण अपने तो सोचने वाले होंगे ने भी यार ताड़ना पता नहीं कदों करती, पता नहीं क्यों होया है, क्यों। महापुरख निर्वैर ने, देखो निर्वैर ने। बाबा जी बड़े खुश हुए फिर उसनों देख के, कहन लगे हुण, कहन लगे जी ठीक आ, कहन लगे जी हुण तो मैं कपड़े लिया जी, मैं तो हुण इत्थे पहरा देना, मैं इत्थे ही रहूंगा। बाबा जी कहन लगे सानू पता तेरे अंदर ऐसे पाप सी, असीं तेनू वचन करके तोड़दे सी, जा उत्थे सेवा कर। बाबा कहन लगे तू गेड़ा कढ के लंगर विचों छक के तू पोला माल ते चलिया जांदा सी तू घर, सानू पता। कहन लगे हाँ जी इसे तरह सी, मेरा मन नहीं सी कहिंदा करदा सेवा कर सेवा कर। कहन लगे जी हुण मैं आया, मैं सेवा ते ही रहूंगा, सेवा ते रहूं, भाव साधु महापुरख वचन कर दिया ना उन्हें झोली च पवा लेना चाहिए, पवा लेना चाहिए, टाइम समा है। माता रो रही सी, माता पहला माता
फिर माता खुश हो गई, रास्ता मिल गया ना, राह मिल गया माता। जो रास्ता मिलिया कहने की सिखा मैं हुण जाके बेनती करा। भाई गुरदास कह लगे नहीं माता हुण टाइम समा नहीं, तू आए करी कल नू आवी। माता हुण तू सिमरन करके करे जा, एक तां तू शाही कलम कागज ये ले आई, जो सतगुरु तेन वचन करनगे ना उस टाइम कागज कलम शाही अगे कर दी, सतगुरु मेरे कलम लिख दो इत लिख दो। रो रही थी माता ते किथे संगत मिल गई, नाम जपण वाले की बड़ी खुश हुई माता। नाम जपदी जपदी माता करी गई सिमरन करती, देखो वाहिगुरु वाहिगुरु जपदी घरे गई। दिन चढ़िया अमृत वेला, सतगुर इधर समाप्ति करके ते वचन होया सतगुरां दा भी गुरु जी बाहर जाना है, घोड़ा भी तैयार करया गया। मर जीवड़े सूरमे इतिहास में आता कि उस टाइम बाबा बुढ़ा जी भी नाल सन, नाल सन बाबा बुढ़ा जी। सतगुरु फिर जो इधर आ रहे हैं तो उधरों माता माता प्रशादा तैयार किया वा, सिर ते टोकरा चक्या। माता सिमरन करती जो आ रही ना, सतगुरां दे दर्शन करे टोकरा रखिया ते माता लम्मे पै के मत्था टेकिया। अगे हुई ते पल्ला अगे कीता अड्या, सतगुरु कृपा कर दिओ, 10-11 साल हो गए घर विच कोई औलाद नहीं है, कोई बच्चा हो जाए। कल भी आई सी, कल भी बेनती करती सी। कह लगी हां सतगुरु कल भी आई सी, बेनती करी सी, हुण कृपा कर दिओ। सतगुरु बचन कर लगे माता तेनू कल भी बचन करिया सी कि अकाल पुरख ने तेरे कर्मां च कोई पुत्र नहीं लिखिया, जे लिखिया हुंदा तां असीं तेनू बचन कर दिंदे, बचन कर दिंदे। उस टाइम फिर माता नूं महापुरखां दा बचन याद आया, कहन लगी सतगुरु अकाल पुरख कोई होर है, उत्थे भी तू ही अकाल पुरख है, मेरे सामने भी तू ही अकाल पुरख है, अकाल पुरख है। जे पापण दे मूरे ऐसा कोई पाप आ गया इसने लगाउण च देरी सी सतगुरु, हुण लिख दिओ, हुण लिख दिओ। नाले माता ने कागज कलम शाही अगे करती है ते नाले फिर बेनतियां करती है, सतगुरु मेरे कर्मां च इत्थे हुण लिख दिओ, हुण लिख दिओ। सतगुरु छेवें पातशाह बड़े खुश होए, गुरु जी कागज कलम शाही पकड़ते ने ते नाले बाबा बुढ़ा जी नूं वचन करते ने, बाबा जी असी माता दे परचा पा दिता सी, परचा पाया सी माता दे, वेखो गुरु परचे पा दिंदा है, परचे पा दिंदा, जिहड़ा फिर जुड़िया रह जांदा ना, परचे जुड़िया रह जांदा ਉਹ ਪਰਚੇ ਚੋਂ ਫਿਰ ਗੁਰੂ ਆਪਣੇ ਆਪ ਉਸਨੂੰ ਪਰਚੇ ਚੋਂ ਕੱਢ ਦਿੰਦਾ, ਗੁਰੂ ਸਮਰੱਥ ਹੈ, ਗੁਰੂ ਆਪਣੇ ਆਪ ਪਰਚੇ ਚ ਪਾਉਂਦਾ। ਤੇ ਜਿਨ੍ਹਾਂ ਨੂੰ ਭਰੋਸਾ ਵਿਸ਼ਵਾਸ ਸਿਮਰਨ ਕਰਨ ਵਾਲੇ ਨੇ ਨਾਮ ਜਪਣ ਵਾਲੇ ਆ ਨਾ, ਗੁਰੂ ਆਪਣੇ ਆਪ ਪਰਚੇ ਚੋਂ ਕੱਢ ਵੀ ਦਿੰਦਾ ਫਿਰ ਦੇਖੋ। ਤੇ ਜਿਹੜੇ ਫਿਰ ਭੱਜ ਜਾਂਦੇ ਨੇ, ਜਿਹੜੇ ਕਲਾਸ 'ਚ ਹੀ ਨਹੀਂ ਬੈਠਦਾ ਬੱਚਾ, ਪਿੱਛੇ ਰਹਿ ਜਾਂਦਾ ਹਰ ਟਾਈਮ ਮਗਰ ਬੈਠਾ ਕੋਹੜੀ ਜਾਂਦਾ ਰਹਿੰਦਾ ਰਹਿ ਜਾਂਦਾ। ਫਿਰ ਚਲੋ ਜੀ ਨਾਨਕ ਹੀ ਚੱਲਦੇ ਆ, ਫਿਰ ਉੱਧਰ ਨੂੰ ਤੁਰ ਜਾਂਦਾ, ਫਿਰ ਵੇਖੋ ਫਿਰ ਪੜ੍ਹਾਈ ਕੋਈ ਪੜ੍ਹਾਈ ਨਹੀਂ, ਫੇਲ ਹੋ ਜਾਂਦਾ, ਫਿਰ ਅਵਾਰਾ ਹੀ ਤੁਰਿਆ ਫਿਰਦਾ ਰਹਿ ਜਾਂਦਾ, ਵੇਖੋ ਅਵਾਰਾ। ਇਸੇ ਤਰ੍ਹਾਂ ਮਹਾਂਪੁਰਖ ਜਦੋਂ ਵਚਨ ਬਿਲਾਸ ਕਰਦੇ ਆ ਨਾ, ਨਹੀਂ ਕੋਈ ਬੈਠਦੇ ਸਤਸੰਗਤ ਦੇ ਵਿੱਚ ਨਹੀਂ ਬੈਠਦੇ, ਉਹਨਾਂ ਨੂੰ ਫਿਰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਹੁਣ ਪਾਰ ਕਿਵੇਂ ਹੋਣਾ ਹੈ, ਕੋਈ ਸੋਝੀ ਕੋਈ ਸਮਤ ਨਹੀਂ ਹੁੰਦੀ ਫਿਰ ਉਹਨਾਂ ਕੋਲ। ਵੇਖੋ ਪਰ ਜਿਹੜੇ ਫਿਰ ਮਹਾਂਪੁਰਖਾਂ ਦੇ ਬਚਨ ਸੁਣ ਕੇ ਪੱਲੇ ਵਿੱਚ ਬੰਨ ਲੈਂਦੇ ਆ ਨਾ, ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ, ਫਿਰ ਵੇਖੋ ਉਹ ਪਾਰ ਹੋ ਜਾਂਦੇ ਨੇ, ਉਹ ਪਾਸ ਹੋ ਜਾਂਦੇ ਨੇ, ਉਹ ਫਿਰ ਵੇਖੋ ਪਾਸ ਹੋ ਜਾਂਦੇ। ਗੁਰੂ ਪਰਚੇ ਪਾਉਂਦਾ ਹੈ, ਸਭ ਤੇ ਪਰਚੇ ਪੈਂਦੇ ਨੇ। ਬਾਬਾ ਸਤਿਗੁਰਾਂ ਨੇ ਬਚਨ ਕਰਿਆ ਕਿ ਪਰਚੇ 'ਚ ਪਾਸ ਕਿਸਨੇ, ਸਤਿਗੁਰੂ ਜੀ ਇਸ਼ਾਰਾ ਕਰਦੇ ਨੇ ਵੀ ਇਹ ਸਾਰੀ ਸ਼ਰਾਰਤ ਭਾਈ ਗੁਰਦਾਸ ਦੀ ਹੈ, ਭਾਈ ਗੁਰਦਾਸ ਦੀ ਸ਼ਰਾਰਤ ਹੈ।
ਸਤਿਗੁਰੂ ਨਾਲੇ ਬਚਨ ਕਰਦੇ ਨੇ ਨਾਲੇ ਵਡਿਆਈਆਂ ਦਿੰਦੇ ਨੇ ਮਹਾਂਪੁਰਖਾਂ ਨੂੰ। ਦੇਖੋ ਛੇਵੇਂ ਪਾਤਸ਼ਾਹ ਗੁਰੂ ਜੀ ਨੇ ਕਾਲਮ ਪਕੜੀ ਤੇ ਗੁਰੂ ਜੀ ਜਦੋਂ ਏਕਾ ਪਾਉਣ ਲੱਗੇ ਨਾ ਸਤਿਗੁਰੂ ਤੇ ਗੁਰੂ ਜੀ ਵੇਖੋ ਕੈਸਾ ਗੁਰੂ ਆਪਣਾ ਸਿਮਰਨ ਕੈਸਾ ਗੁਰੂ ਤੇ ਗੁਰੂ ਜੀ ਨੇ ਉੱਥੇ ਸਾਦਾ ਪਾਇਆ ਸਾਦਾ ਪਾਇਆ ਬਚਨ ਕਰਨ ਲੱਗੇ ਮਾਤਾ ਅਸੀਂ ਤਾਂ ਏਕਾ ਹੀ ਪਾਉਣ ਲੱਗੇ ਸੀ ਸਾਡਾ ਘੋੜਾ ਹਿੱਲ ਗਿਆ ਮਾਤਾ ਲੈ ਸਾਦਾ ਪੈ ਗਿਆ ਸਾਦਾ ਪੈ ਗਿਆ ਘੋੜੇ ਨੇ ਤਾਂ ਕੀ ਹਿੱਲਣਾ ਸੀ ਘੋੜੇ ਨੇ ਤਾਂ ਕੀ ਹਿੱਲਣਾ ਗੁਰੂ ਦੇ ਹੁਕਮ ਦੇ ਵਿੱਚ ਸਭ ਕੁਝ ਹੈ ਬੰਨਿਆ ਵਾ ਗੁਰੂ ਦੇ ਹੁਕਮ ਤੋਂ ਬਗੈਰ ਕੋਈ ਚੀਜ਼ ਨਹੀਂ ਹਿੱਲ ਸਕਦੀ ਪੱਤਾ ਵੀ ਨਹੀਂ ਹਿੱਲ ਸਕਦਾ ਗੁਰੂ ਦੇ ਹੁਕਮ 'ਚ ਹੈ ਘੋੜੇ ਨੇ ਤਾਂ ਕੀ ਹਿੱਲਣਾ ਸੀ ਕਿਉਂਕਿ ਸ਼ਰਧਾ ਭਾਵਨਾ ਹੀ ਮਾਤਾ ਦੀ ਐਸੀ ਬੱਝ ਗਈ ਸੀ ਉਹਨੂੰ ਸੰਗਤ ਮਿਲ ਗਈ ਸੀ ਨਾਮ ਜਪਣ ਵਾਲੇ ਦੀ ਮਾਤਾ 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 ਨੇ ਵੀ ਫਿਰ ਪੱਲਾ ਵੱਡਾ ਕਰ ਲਿਆ ਕਹਿਣ ਲੱਗੀ ਸਤਿਗੁਰੂ ਕਿਵੇਂ ਕਰਦੇ ਹੋ ਸੱਤ ਦੇ ਸੱਤ ਸੱਤ ਦੇ ਸੱਤ ਪੁੱਤਰਾਂ ਦਾ ਵਾਰਾ ਉਹ ਮਾਤਾ ਲੈ ਕੇ ਗਈ ਮਾਤਾ ਦੇਖੋ ਕਿਤੇ ਕਰਮਾਂ 'ਚ ਵੀ ਨਹੀਂ ਸੀ ਉਹਦੇ ਸਾਰੇ ਪਾਸੋਂ ਜਵਾਬ ਸੀ ਉਸ ਮਾਤਾ ਸਾਰੇ ਪਾਸੇ ਜਵਾਬ ਸੀ ਸਾਰੇ ਪਾਸੇ ਦਸ ਗਿਆਰਾਂ ਸਾਲ ਮਾਤਾ ਤੁਰਿਓ ਹੀ ਫਿਰਦੀ ਰਹੀ ਕਿਤੇ ਕਿੱਧਰ ਨੂੰ ਗਈ ਕਿਤੇ ਕਿੱਥੇ ਨੱਕ ਰਗੜੇ ਆਉਣੇ ਕਿਤੇ ਕਿੱਧਰ ਨੂੰ ਧਾਗੇ ਤਵੀਤ ਕੋਈ ਕਰਵਾਇਆ ਕੀ ਕੀਤਾ ਮਾਤਾ ਨੇ ਕੋਈ ਛੱਡਿਆ ਹੀ ਨਹੀਂ ਦੇਖੋ ਪਰ ਅਖੀਰ ਵਿੱਚ ਇਸ ਦਰ 'ਤੇ ਆਈ ਮਾਤਾ ਸਤਿਗੁਰਾਂ ਦੀ ਸੱਚੀ ਸਰਕਾਰ ਦਾ ਦਰਬਾਰ ਮਾਤਾ ਫਿਰ ਜਦੋਂ ਇੱਥੇ ਆਈ ਨਾ ਤੇ ਸਤਿਗੁਰਾਂ ਨੇ ਵੀ ਪਹਿਲਾਂ ਪਰਚਾ ਪਾ ਦਿੱਤਾ ਸੀ ਦੇਖੋ ਪਰਚਾ ਪਾ ਦਿੱਤਾ ਫਿਰ ਸੰਗਤ ਮਿਲੀ ਸੰਗਤ ਮਿਲੀ ਸਤਿਗੁਰਾਂ ਨੇ ਪਹਿਲਾਂ ਬਚਨ ਕਰ ਦਿੱਤਾ ਸੀ ਕਿ ਤੇਰੇ ਕਰਮਾਂ 'ਚ ਨਹੀਂ ਕੋਈ ਪੁੱਤਰ ਤੇ ਆਪਣੇ ਆਪ ਹੀ ਸਤਿਗੁਰਾਂ ਨੇ ਫਿਰ ਸੱਤ ਪੁੱਤਰਾਂ ਦੇ ਉਸਨੂੰ ਵਰ ਦੇ ਦਿੱਤੇ ਬਖਸ਼ਿਸ਼ ਕਰ ਦਿੱਤੀ ਦੇਖੋ ਬਖਸ਼ਿਸ਼ ਕਰ ਦਿੱਤੀ ਇਹ ਐਸਾ ਦਰਬਾਰ ਹੈ ਜੋ ਕਰਮਾਂ 'ਚ ਨਹੀਂ ਵੀ ਹੁੰਦਾ ਨਾ ਸਭ ਆਸ ਮਿੱਟ ਜਾਂਦੀ ਹੈ ਨਹੀਂ ਪ੍ਰਾਪਤ ਵੀ ਹੋ ਜਾਂਦਾ ਹੈ ਦੇਖੋ ਹੁਣ ਵੀ ਇਹ ਕਿਰਪਾ ਵਰਤਦੀ ਹੈ ਹੁਣ ਵੀ ਵੇਖੋ ਜਿਨ੍ਹਾਂ ਨੇ ਝੂੜੀਆਂ ਭਰਾਉਣੀਆਂ ਨਾ ਹੁਣ ਵੀ ਕਿਰਪਾ ਵਰਤਦੀ ਹੈ ਆਪਾਂ ਨੂੰ ਸਭ ਆਪਾਂ ਜਾਣਦੇ ਹਾਂ ਬਦਨੀ ਕਲਾਂ ਹੁਣ ਵੀ ਸੇਵਾ ਕਰਦੇ ਨੇ ਗੁਰਮੁਖ ਪਿਆਰੇ ਸਮਾਧ ਤੋਂ ਹੈ ਪਿੰਡ ਤੋਂ ਫੌਜੀ ਹੈ ਕੈਪਟਨ ਰਹੇ ਨੇ ਉਹ ਵੈਸੇ ਰਿਟਾਇਰ ਹੋਏ ਵੇ ਨੇ ਉਹ ਉਹਨਾਂ ਦੇ ਦੋ ਗੁੱਡੀਆਂ ਹੀ ਸੀ ਉਹਨਾਂ ਦੇ ਦੋ ਗੁੱਡੀਆਂ ਹੀ ਸੀ ਮਨ ਵਿੱਚ ਸਭ ਆਸ ਖਤਮ ਕਰੀ ਹੋਈ ਸੀ ਵੀ ਠੀਕ ਹੈ ਜੋ ਸਤਿਗੁਰਾਂ ਦੀ ਕਿਰਪਾ ਹੈ ਗੁੱਡੀਆਂ ਹੀ ਬਾਬਾ ਜੀ ਨੇ ਬਚਨ ਕਰ ਦਿੱਤੇ ਸਨ ਇਹੀ ਤੇਰੇ ਪੁੱਤਰ ਨੇ ਕੋਈ ਨਾ ਤੂੰ ਦੱਬ ਕੇ ਸੇਵਾ ਕਰ ਸਮਾਧ ਧੋਣੇ ਫੌਜੀ ਸਿੰਘ ਹੁਣ ਤਾਂ ਉਹ ਇੱਥੇ ਰਹਿੰਦੇ ਨੇ ਬਦਲ ਹੀ ਕਰ ਲਿਆ ਇੱਥੇ ਪੱਕੇ ਨੇ ਹੁਣ ਤੇ ਕਿਰਪਾ ਐਸੀ ਵਰਤਦੀ ਗਈ ਬਹੁਤ ਸੇਵਾ ਕਰੀ ਉਹਨਾਂ ਨੇ ਮਨ ਤਨ ਲਾ ਕੇ ਸੇਵਾ ਕਰੀ ਉਹਨਾਂ ਨੇ ਸੇਵਾ ਕਰੀ ਤੇ ਜੋ ਬਚਨ ਹੁੰਦੇ ਸਨ ਬਾਬਾ ਜੀ ਦੇ ਖੁਆਏ ਉਹਨਾਂ ਨੇ ਉਹਨੇ ਝੋਲੀ ਵਿੱਚ ਵੇਖੋ ਤੇ ਵੱਡੀ ਗੁੱਡੀ ਤਕਰੀਬਨ 24 ਕੁ ਸਾਲ ਦੀ ਸੀ ਛੋਟੀ 22 ਕੁ ਸਾਲ ਦੀ ਸੀ ਤੇ ਸੇਵਾ ਦੇ ਨਾਲ ਹੀ ਐਸੀ ਕਿਰਪਾ ਵੱਜੀ ਤੇ ਵੇਖੋ 22 ਸਾਲ ਦੀ ਗੁੱਡੀ ਤੇ ਉਦੋਂ ਬਾਅਦ ਦੇ ਵਿੱਚ ਜਾ ਕੇ ਘਰੇ ਉਹਨਾਂ ਦੇ ਪੁੱਤਰ ਨੇ ਜਨਮ ਲਿਆ ਫਿਰ ਵੇਖੋ ਪੁੱਤਰ ਨੇ ਜਨਮ ਲਿਆ ਸਭ ਆਸ ਮਿੱਟੀ ਵੀ ਸੀ ਖਤਮ ਸੀ ਡਾਕਟਰਾਂ ਵੱਲੋਂ ਵੀ ਜਵਾਬ ਸੀ ਪਰਿਵਾਰ ਨੂੰ ਪਰਿਵਾਰ ਨੂੰ ਵੇਖੋ ਪਰ ਫਿਰ ਕਹਿਣ ਲੱਗੇ ਵੀ ਚਲੋ ਹੁਣ ਦੱਬ ਕੇ ਸੇਵਾ ਹੀ ਕਰਨੀ ਆਪਾਂ ਨੇ ਇਸ ਕਾਮਤਾ ਦੇ ਨਾਲ ਹੁਣ ਵੀ ਦੇਖ ਲਿਓ ਪੁੱਛ ਲਿਓ ਹੁਣ ਵੀ ਵੇਖੋ ਕਿਰਪਾ ਵਰਤਦੀ ਹੈ ਜਾਣੀ ਭਾਵ ਕਈ ਕਹਿੰਦੇ ਨੇ ਜੀ ਗੁਰੂ ਆਇਆ ਸੀ ਚਲਾ ਗਿਆ 10 ਪਾਤਸ਼ਾਹ ਆਈਆਂ ਸੀ ਚੱਲੀਆਂ ਗਈਆਂ ਨਹੀਂ ਨਹੀਂ ਗੁਰੂ ਵਰਤਦਾ ਹੈ ਹੁਣ ਵੀ ਗੁਰੂ ਹੁਣ ਵੀ ਬੈਠਾ ਤਾਰ ਰਿਹਾ ਗੁਰੂ ਕੋਈ ਮੰਨੇ ਸਹੀ ਗੁਰੂ ਨੂੰ ਕੋਈ ਗੁਰੂ ਦੀ ਮੰਨੇ ਸਹੀ ਕੋਈ ਗੁਰੂ ਦੀ ਮੰਨੇ ਸਹੀ ਤੇ ਗੁਰੂ ਤਾਂ ਹੁਣ ਵੀ ਬੈਠਾ ਤਾਰ ਰਿਹਾ ਸੋ ਇਸ ਕਰਕੇ ਆਪਣੇ ਬਹੁਤ ਵੱਡੇ ਭਾਗ ਨੇ ਕਰਮਾਂ ਨਾਲ ਇਹ ਸਮਾਂ ਮਿਲਿਆ ਆਪਾਂ ਨੂੰ ਸੁਭਾਗਾ ਸਮਾਂ ਮਿਲਿਆ ਹੈ ਸੋ ਬਾਬਾ ਨੰਦ ਸਿੰਘ ਜੀ ਵੀ ਬਚਨ ਕਰਿਆ ਕਰਦੇ ਸਨ ਕਿ ਸਿੱਖਾ ਤੇਰੇ ਕੋਲ ਸਮਾਂ ਹੈ ਸਤਿਗੁਰਾਂ ਦੇ ਜ਼ਰੂਰ ਇੱਕ ਵਾਰ ਦਰਸ਼ਨ ਕਰਿਆ ਕਰ ਦਿਨ ਦੇ ਵਿੱਚ ਨਾ ਸਤਿਗੁਰਾਂ ਕੋਲ ਦਰਸ਼ਨ ਕਰਿਆ ਕਰ ਤੇ ਜਾਇਆ ਕਰ ਅਰਦਾਸ ਬੇਨਤੀ ਕਰਿਆ ਕਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਇਹ ਬੇਨਤੀ ਜ਼ਰੂਰ ਕਰਿਆ ਕਰ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ
ਉਹ ਇਹ ਪ੍ਰਭ ਮੇਰਾ ਜਦੋਂ ਬੇਨਤੀ ਕਰੇਗਾ ਨਾ ਸਤਿਗੁਰੂ ਫਿਰ ਬੈਠਣਗੇ ਅੱਗੇ ਸਤਿਗੁਰੂ ਬੈਠੇ ਨੇ ਤੇ ਤਾਂ ਤੈਨੂੰ ਦਰਸ਼ਨ ਦੇਣਗੇ ਤਾਂ ਤੇਰੀਆਂ ਝੋਲੀਆਂ ਭਰ ਦੇਣਗੇ ਤੂੰ ਬੇਨਤੀ ਜ਼ਰੂਰ ਕਰਿਆ ਕਰ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ ਤਾਂ ਗੁਰੂ ਕੋਲੇ ਜ਼ਰੂਰ ਬੇਨਤੀ ਕਰਿਆ ਕਰ ਸੋ ਇਸ ਕਰਕੇ ਕਰਮਾਂ ਨਾਲ ਸਮਾਂ ਮਿਲਿਆ ਹੈ ਸੋ ਆਓ ਸਾਰੇ ਹੀ ਆਪਾਂ ਧਾਰਨਾ ਦੇ ਨਾਲ ਹਾਜ਼ਰੀ ਦਵਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਬੇਨਤੀ ਕਰਕੇ ਆਪਾਂ ਸਤਿਗੁਰੂ ਕਿਰਪਾ ਕਰੋ ਬਹੁਤ ਕਲਯੁਗ ਹੈ ਸਾਰੇ ਥਾਈ ਕਲਯੁਗ ਦਾ ਹੈ ਸਮਾਂ ਜੋ ਕਲਯੁਗ ਦਾ ਹੈ ਪਰ ਸਾਡੇ ਤੇ ਕਿਰਪਾ ਕਰੋ ਸਾਡੀ ਬਾਂਹ ਫੜ ਕੇ ਰੱਖੋ ਸਾਡੀ ਲਾਜ ਰੱਖੋ ਇਸ ਜਨਮ ਦੇ ਵਿੱਚ ਅਸੀਂ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਈਏ ਅਸੀਂ ਕਿਰਪਾ ਕਰੋ ਆਓ ਸਾਰੇ ਹੀ ਬੇਨਤੀ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਿਰ ਨਾਏ ਜਿਓ ਮੈਂ ਆਸਾ ਰੱਖੀ ਚਿਤਲੇ ਮੇਰਾ ਸਭੋ ਦੁੱਖ ਗਵਾਏ ਜਿਓ ਮੇਰਾ ਸਭ ਦੁੱਖ ਗਵਾਏ ਜਿਓ ਮੇਰਾ ਵਾਲੇ ਸਾਨਿਆ ਸਾਨੂੰ ਚਰਨਾਂ ਨਾਲ ਜੋੜ ਮੇਰਾ ਵਾਲੇ ਸਾਨਿਆ ਸਾਨੂੰ ਚਰਨਾਂ ਨਾਲ ਜੋੜ ਮੇਰਾ ਵਾਲੇ ਕਿਸੇ
ਮੇਰਾ ਵਾਲੇ ਸਾਇਆ ਸਾਨੂੰ ਚਰਨਾ ਨਾਲ ਜੋੜ ਮੇਰਾ ਵਾਲੇ ਆਇਆ ਸਾਨੂੰ ਚਰਨਾ ਨਾਲ ਜੋੜ ਮੇਰਾ ਵਾਲੇ ਵਾਲੀ ਰਾਮੋ ਚਰਨਾ ਨਾਲ ਜੋੜ ਮੇਰਾ ਵਾਲੇ ਡਿੱਗਿਆ ਚਰਨਾ ਨਾਲ ਜੋੜ ਮੇਰਾ ਵਾਲੇ ਚਰਨਾ ਨਾਲ ਜੋੜ ਮੇਰਾ ਵਾਲੇ ਚਰਨਾ ਨਾਲ ਜੋੜ ਮੇਰਾ ਵਾਲੇ ਹਰ ਜਸ ਗਾਇਓ ਸੰਤ ਜਿਨਾ ਹਰ ਜਸ ਗਾਇਓ ਸੰਤ ਜਿਨਾ ਹਰ ਪ੍ਰਕਾਰੋ ਸੰਤ ਜਨਾ